आजाद दरबार साहब किसी प्यो का नहीं है भूरा बंद बुंद नहीं होना मारे मारिया पाद बुझा करिया मन कर दतरा सुनरिया जितना हमारे पसंद है पाद बुझा मारे करा दा हे राज मन के मतलब जाने कर आदम से के दर है भी सुन के हमारे मन कर दे उत्तर में तो बना
ਖੜਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਤੂੰ ਕੀ ਆਪ ਆਪਣੀ ਬਦਲ ਜੇਤੀ ਬਰਨ ਤੂੰ ਭਿੰਨ ਭਿੰਨ ਤੁਹੇ ਤੇ ਤਿੰਨ ਵਾਰ ਹੁਣ ਜਾ ਸਾਰਾ ਕੀ ਤੁਸੀਂ ਆਪਣੇ ਸਾਰਾ ਕਿਹੜੀ ਰੂਪ ਰੂਪਾਂ ਭਰਨ ਦੇ ਦਿੱਤੇ ਉਹ ਮੁੰਡਾ ਜਾ ਬੈਠਾ ਪਹੁੰਚ ਇੱਕ ਵਾਰ ਜਿਨ ਤੂੰ ਮੈਂ ਸੁਮਾਰਾ ਕਰ ਪਾ ਦਿੱਤਾ ਹੈ ਮਹਾਰਾਜ ਦੇ ਨਾਮ ਤੇ ਹਰ ਉਪਹਾਦਾਰ ਦੁਸ਼ਟੋ ਜਿਹਾ ਕਰਕੇ ਮਨਵਾਸ ਪ੍ਰਭਾਵ ਸਭ ਦੂਸ਼ਣਾ ਦੇ ਵਿਆਹ ਗੁਰ ਅੱਲਾਹ ਮਿੰਨਾ ਸਲਾਮਾ ਮਿੰਨਾ ਬੁਲਾਇਤਾ ਭਾਰਤ ਨੂੰ ਸ੍ਰੇਸ਼ਟ ਵੀ ਵਾਲਾ ਦੇ ਦੇ ਅੰਗੀਕਾਰ ਹੋ ਕਰੇ ਤੇਰਾ ਕਰ ਸੁਸਵਾਲਣਾ ਕਹਿਣਾ ਮਨ ਵਿੱਚ ਸੁਣਨ ਵਾਲੀ ਸਾਹਿਬ ਤੇ ਸਾਹਿਬਾ ਵੱਜ ਪੰਚ ਸਾਡੇ ਅਨਹੁਣਾਂ ਨੂੰ ਭਾਗੀ ਸੁਣ ਪੂਰੇ ਪਾਰਨ ਕਿਰਪਾਇਆ ਕ੍ਰਿਸ਼ਨ ਸਿੰਘ ਦੀ ਖੁਸ਼ੀ ਤਾਪ ਕ੍ਰਿਸ਼ਨ ਸੁਖਨਾਈ ਤਸਨ ਪੈਸਾ ਸਭ ਦੇ ਵਿੱਚ ਜਦੋਂ ਮੈਂ ਲਿਆ ਠਾਕੁਰ ਤੂੰ ਕਹਿ ਦਾਸ ਜਪਣ ਸਭ ਤੇਰੀ ਰਾਸ ਤੂੰ ਮਤ ਦਾ ਹੰਬਰ ਫਿਰ ਤੁਮੇ ਕਿਰਪਾ ਮੈਂ ਸੁਣ ਕੇ ਕੋਈ ਦੇ ਨਾਲ ਤੂੰ ਨਾਮ ਪੂਜੇ ਤੇ ਉਤਾਰ ਭਵਾਨੀ ਉਮਰ ਤੱਕ ਤੂੰ ਹੀ ਜਾਨੀ ਨਾਨਕ ਦਾਸ ਦਾ ਕਰਮਾਨੀ ਤੁਦਾ ਗੇ ਦਾਸ ਹਮਾਰੀ ਜੀਵਨ ਸਭ ਤੇਰਾ ਕਹੋ ਨਾਨਕ ਸਭ ਤੇਰੀ ਬੁੜਿਆ ਕੋਈ ਨਾਉ ਨਾ ਜਾਣ ਮੇਰਾ ਤਿੰਨ ਕਾਪੂ ਵਾਰ ਮਹਾਰਾਜ ਤੂੰ ਸ੍ਰੀ ਭਗਵਤ ਜੀ ਸਾਹਿਬਾ ਸ੍ਰੀ ਭਗਵਤ ਜੀ ਦੀ ਪਾਤਸ਼ਾਹ ਸਤਾਈ ਹੋਏ ਸਾਹਿਬ ਸ੍ਰੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਾਈ ਹੋਏ ਸਾਹਿਬ ਜੀ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਭਿੰਨ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਕਿੰਨਾ ਪਿਆਰਾ ਗੁਰੂ ਸੱਜਾ ਦੇ ਚਾਲੀਆਂ ਮੁਖੀਆਂ ਅਤੇ ਜਪਣੇ ਤਕਨੀਕ ਨੂੰ ਦੱਸਿਆ ਪਿਆਰੀ ਸੁਣਾਈ ਦੇ ਦਵਾਈ ਦੇ ਕਿੰਨਾ ਪਿਆਰਾ ਬਿਨਾਂ ਸਿੰਘਾਂ ਸਿੰਘੀਆਂ ਨੇ ਧਰਮਵੇਦ ਸਿੰਘ ਦਿੱਤੇ ਬਿਨਾਂ ਕੀਤੀਆਂ ਲਵਾਈਆਂ ਕੀਤੀਆਂ ਅਤੇ ਪਰਿਵਾਰੇ ਨਾਲ ਚਲਾਏ ਗਏ ਗੁਰਦੁਆਰੇ ਦੀ ਸੇਵਾ ਅੱਖਰ ਬਦਲੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੀ ਕਿਸੇ ਦੀ ਕਿਸੇ ਕਸਮ ਤੋਂ ਆਇਆ ਤੁਹਾਨੂੰ ਕੋਈ ਅਤੇ ਬੋਲੋ ਜੀ ਵਾਹਿਗੁਰੂ 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 ਪੰਜਾਂ ਤਖਤਾਂ ਸੰਗਤ ਗੁਰਦੁਆਰਿਆਂ ਦਾ ਧੰਨ ਕਰਕੇ ਬੋਲੋ ਜੀ ਵਾਹਿਗੁਰੂ 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 ਕੀਤੀ ਸੰਗਤ ਕਾਲਸਾ ਜੀ ਦੀ ਰਜ਼ਾ ਸੰਗਤ ਕਾਲਸਾ ਜੀ ਦੀ ਵਾਹਿਗੁਰੂ 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 ਕੀਤਾ ਕੀਤਾ ਉਨਕਾ ਸਰਕਾਰ ਸਰਬ ਸੁਖ ਹੋਵੇ ਨਹਾਂ ਨਹਾਂ ਖਾਲਸਾ ਜੀ ਸਾਹਿਬ ਕਹਾਂ ਕਹਾਂ ਸਿਆਰਿਆ ਦੇਵੀ ਪਤੀ ਲੁੱਟ ਕੀ ਪੈ ਅੰਤ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੀ ਗੁਰ ਵਾਲੇ ਬੋਲੋ ਜੀ ਵਾਹਿਗੁਰੂ 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 ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਵ ਦਾਨ ਰਹਿ ਦਾਨ ਵਿਵੇਕ ਦਾਨ ਉਤਸ਼ਾਹ ਦਾਨ ਭੇਸਾ ਦਾਨ ਦਾਨ ਸਮਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸੁਨਾਣ ਜੋਗੀਆਂ ਝੰਡੇ ਜੀ ਗੁਰੂ ਗ੍ਰੰਥ ਸਾਹਿਬ ਧੰਨ ਕਰਿਆ ਕਰ ਬੋਲੋ ਜੀ ਵਾਹਿਗੁਰੂ 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 ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀਆਂ ਪੱਧਰ ਕਰਨਾਮੀ ਆਪਣੇ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਗੁਰੂ ਦੇ ਦੁਆਰੇ ਜੀ ਦਾ ਖਾਲਸਾ ਪੰਥ ਨੂੰ ਜੋੜਿਆ ਗਿਆ ਆਪਣੇ
ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੋਕਿਆਂ ਦੀ ਹੋਰ ਸਤਿ ਸੱਚੇ ਪਾਤਸ਼ਾਹ ਸ੍ਰੀ ਰਾਮਦਾਸ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਅਰਜੁਨ ਦੇਵ ਮਹਾਰਾਜ ਆਦਿ ਜੀ ਦੇ ਪਾਵਨ ਪੁੱਤਰ ਸਥਾਨ ਦੀਵਾਨ ਹਾਲ ਮੰਡੀ ਸਾਹਿਬ ਨੂੰ ਸਮਰਪਿਤ ਮੋਰਚੇ 14 ਸਤੰਬਰ ਤੋਂ ਲੱਗੇ ਸਨ ਸੱਚੇ ਪਾਤਸ਼ਾਹ ਵਿੱਚੋਂ ਦੀ ਜਾਲਮਾਂ ਨੂੰ ਜਾਲਮਾਂ ਨੂੰ ਹਰਿਮੰਦਰ ਸੰਗਤ ਸਿੰਘਾਂ ਨੂੰ ਜ਼ਖਮੀ ਕੀਤਾ। ਹਸਪਤਾਲਾਂ ਵਿੱਚ ਗਏ, ਇਲਾਜ ਦੇ ਘਰਾਂ ਵਿੱਚ ਪਹੁੰਚੇ ਸੱਚੇ ਪਾਤਸ਼ਾਹ। ਕਈਆਂ ਸੰਗਤਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਧਮਕੀ ਆਏ ਨੇ। ਸੱਚੇ ਪਾਤਸ਼ਾਹ ਆਪ ਮੋਰਚੇ ਦੀ ਜੋ ਅਗਵਾਈ ਕਰ ਰਹੇ ਨੇ। ਅੱਜ ਦੀ ਦਿਨ ਦੀ ਮੂਰਤੀ ਕੀ ਅਰਦਾਸ, ਪਾਣੀ ਭਰੀ ਅੱਖਰ ਵਾਧਾ ਕਰਤਾ ਦੁੱਖ ਦੀ ਮਾਫ਼ ਕਰਨਾ। ਸੱਚੇ ਪਾਤਸ਼ਾਹ ਕਿਰਪਾ ਕਰਨੀ, ਦੁਸ਼ਟਾਂ ਨੂੰ ਸਜ਼ਾ ਦਿਵਾਉਣ ਵਿੱਚ ਸੱਚੇ ਪਾਤਸ਼ਾਹ ਬਖਸ਼ਣੀ, ਮਿਹਰ ਬਖਸ਼ਣੀ, ਕਬਰ ਸਰੂਪਾ ਬਖਸ਼ਣਾ, ਦੀਵਾਨ ਹਾਲ ਮੰਜੀ ਸਾਹਿਬ ਨੂੰ ਸੱਚੇ ਪਾਤਸ਼ਾਹ ਆਜ਼ਾਦ ਕਰਾਉਣਾ। ਸੱਚੇ ਪਾਤਸ਼ਾਹ 328 ਸਰੂਪਾਂ ਦਾ ਜੋ ਅਰਦਾਸ ਬੇਨਤੀ ਤੁਹਾਡੇ ਦਰਬਾਰ 'ਤੇ ਹੋਈ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਨਾਲ ਸੰਪੂਰਨਤਾ ਬਖਸ਼ਣਾ। ਰਾਜ ਕਿਰਪਾ ਕਰਨੀ, 16 ਤਰੀਕ ਦਾ ਸਮਾਗਮ ਸੱਚੇ ਪਾਤਸ਼ਾਹ ਹੋਵੇ। ਨਾਮ ਜਿੱਤਿਆ ਵੀ ਨਾਨਕ ਨਾਮ, ਚੜ੍ਹਦੀ ਕਲਾ ਤੇਰੀ ਭਾਵੇ ਸਰਬਤ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਕਭੀ ਚਲਾਇਓ ਪੰਖ ਉਂਗਲ, ਕਭੀ ਚਲਾਇਓ ਪੰਖ। ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕੌਣ ਰਹਿ ਰਿਹਾ ਜਿਹੜੇ ਦੋਨੋਂ ਵੈਸੇ ਰਾਘਵ ਜੀ ਨੇ, ਬਲਜਿੰਦਰ ਸਿੰਘ ਹੈ, ਇੱਕ ਸਤਪਾਲ ਸਿੰਘ ਨਹੀਂ ਤੇ ਮੈਂ ਫਿਰ ਤੁਹਾਡੇ ਕੋਲੋਂ ਮੈਂ ਗੱਲ ਹੋ ਗਈ ਆ ਪੰਥਰ ਸਿੰਘ ਨੇ ਉਹਨੇ ਦਿੱਤਾ ਸੀ ਉਹਨੂੰ ਪਹਿਲੇ ਸੱਚ ਕੌਣ ਆਇਆ ਸੀ ਨਹੀਂ ਉਹ ਸੁਜੀਤ ਸਿੰਘ ਆਏ। ਅੱਛਾ ਮੈਂ ਫਿਰ ਵਾਪਸ ਨਹੀਂ ਕਰਵਾ ਚਾਹੁੰਦੀ ਮੈਂ ਚਲੇ ਜਾਣਾ ਹੁਣ ਸਿੰਘ ਨਹੀਂ ਇੱਥੇ ਮੈਂ ਉਹਨੂੰ ਕਹਿ ਕੇ ਦਿੰਦਾ ਮੋਰਚਾ ਸੰਭਾਲਿਆ ਹੋਇਆ ਮੰਜੀ ਸਾਹਿਬ ਅਰਦਾਸ ਕਰ ਰਿਹਾ ਜਿਹਨੇ ਲਾਉਣਾ ਇੱਥੇ ਲਾਵੇ ਆ ਕੇ ਅਸੀਂ 5 ਵਜੇ ਨੂੰ ਸਭ ਕੁਛ ਤੁਹਾਨੂੰ 6 ਵਜੇ ਨੂੰ ਸ਼ਾਮ ਨੂੰ ਮਿਲ ਮੈਂ 6 ਵਜੇ ਨਹੀਂ ਮੈਂ ਕੱਲ੍ਹ ਓਕੇ ਠੀਕ ਹੈ ਵੈਸੇ ਤਾਂ ਮੈਂ ਅੱਜ ਤੁਹਾਡੀ ਵੇਟ ਕਰਦਾ ਸੀ ਉੱਥੇ ਹੀ ਫਿਰ ਮੈਂ ਕਿਹਾ ਹੁਣ ਕੀ ਬਹਿਣਾ ਪੀ ਟੀ ਸੀ 'ਚ ਮੈਂ ਨਹੀਂ ਲਾਇਓ ਹੋਣਾ ਮੈਂ ਇੱਦਾਂ ਹੀ ਨਹੀਂ ਫਿਰ ਥੋੜ੍ਹੇ 10 ਮਿੰਟ ਜੋੜੇ ਘਰ ਵੀ ਹੋ ਜਾਣਾ ਓਕੇ ਕਿਆ ਹੋ ਜੀ ਅਤੇ ਮੈਂ ਫਿਰ ਤਾਂ ਕੁਛ ਸਵੇਰੇ ਆਊਂਗਾ ਕੱਲ੍ਹ ਕੋਈ ਨਹੀਂ ਬਾਬਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿ ਫਤਿਹ ਗੁਰੂ ਪਿਆਰੇ ਖਾਲਸਾ ਜੀ ਆ ਕਈ ਨਵੀਆਂ ਕਮੇਟੀਆਂ ਬਣਦੀਆਂ ਅਤੇ ਕਈ ਕੁਝ ਹੋਈ ਜਾਂਦਾ ਕੋਈ ਬਾਹਰ ਬਹਿ ਗਿਆ ਆਣ ਕੇ ਕੋਈ ਘੰਟਾ ਘਰ 'ਚ 2 ਘੰਟੇ ਬਹਿ ਕੇ ਰੌਲਾ ਰੱਪਾ ਪਾ ਕੇ ਮੁੜ ਗਏ ਅਤੇ ਕੋਈ ਉੱਥੇ ਬੈਠ ਗਏ ਮੇਰੀ ਬੇਨਤੀ ਆ ਵੀ ਬਹਿਣ ਜਿਹੜੇ ਮਰਜ਼ੀ ਪਰ ਸੰਗਤ ਗੁੰਮਰਾਹ ਨਾ ਹੋਵੇ ਕਿਸੇ ਨੂੰ ਮਾਇਆ ਮੋਇਆ ਨਾ ਦਿਓ ਇੱਥੇ ਖਰਚਾ ਨਹੀਂ ਕੋਈ ਵੀ ਹੁੰਦਾ ਫਰੀ ਹੈਗਾ ਕੰਮ ਅੱਜ ਮੇਰਾ ਖਿਆਲ 58 ਦਿਨ ਆ ਅਰਦਾਸ ਰੋਜ਼ ਕਰੀ ਦੀ ਆ ਇੱਥੇ ਕਰਦੀ ਦੀ ਆ ਅਕਾਲ ਤਖਤ ਸਾਹਿਬ ਕਰਦੀ ਦੀ ਗਏ ਕਿਤੇ ਨਹੀਂ ਇੱਥੇ ਹੀ ਆ ਜਿਹਨੇ ਇੱਕ ਤਾਂ ਇਹਨੂੰ ਧਰਨੇ ਦਾ ਰੂਪ ਦਿੱਤਾ ਜਾ ਰਿਹਾ ਵੀ ਧਰਨਾ ਲੱਗਾ ਇਹਨੂੰ ਧਰਨਾ ਨਾ ਬਣਾਓ ਭਾਈ ਇਹ ਮੋਰਚਾ ਅੱਜ ਵੀ ਚੱਲਦਾ ਜੀਂਦੇ ਤੁਰੇ ਫਿਰਦੇ ਹਾਂ ਸਾਹ ਹੈਗੇ ਆ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨਹੀਂ ਮਾਰ ਸਕਿਆ ਉਹ ਸਥਾਨ ਹੈ ਜਿੱਥੇ ਆਪਾਂ ਬੈਠੇ ਹੋਏ ਸੀ ਮੋਰਚਾ ਲਾ ਕੇ ਇਹ ਸਿਰਫ ਅਤੇ ਸਿਰਫ ਪੋਸਟਪੋਨ ਇਸ ਕਰਕੇ ਕੀਤਾ ਗਿਆ ਕਿ ਬੰਦੀ ਛੋੜ ਦਿਵਸ ਆ ਰਿਹਾ ਬੰਦੀ ਛੋੜ ਦਿਵਸ ਦਾ ਕਰਕੇ ਕਿਸੇ ਤਰ੍ਹਾਂ ਦਾ ਆਪਾਂ ਬੈਲੈਂਸ ਨਹੀਂ ਕਰਨਾ ਬੰਦੀ ਛੋੜ ਦਿਵਸ ਤੋਂ ਮਗਰੋਂ ਚਾਹੇ ਮਰਨਾ ਪਵੇ ਚਾਹੇ ਮਾਰਨਾ ਪਵੇ ਸਾਰਾ ਕੁਛ ਕਰਾਂਗੇ ਪਰ ਜਿਹੜੇ ਲੋਕ ਬਾਹਰ ਆਣ ਕੇ ਬੈਠ ਕੇ ਉੱਥੇ ਫੋਟੋਆਂ ਖਿਚਾ ਕੇ ਮੁੜੀ ਜਾਂਦੇ ਆ ਜੇ ਹਿੰਮਤ ਹੈਗੀ ਤਾਂ ਇੱਥੇ ਆਓ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੂਹਰੇ
ਇੱਥੇ ਲੱਗਾ ਸੀ ਮੋਰਚਾ ਇੱਥੇ, ਉੱਥੇ ਫੋਟੋਆਂ ਖਿਚਾਓ ਨਾ, ਲੋਕਾਂ ਨੂੰ ਗੁੰਮਰਾਹ ਨਾ ਕਰੋ। ਪ੍ਰਧਾਨ ਬਣਨ ਆਉਣੇ ਹੋ, ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਲੈ ਕੇ ਦਿਓ, ਪ੍ਰਧਾਨਗੀਆਂ ਨਾ ਕੱਢੋ ਇਹਦੇ ਵਿੱਚੋਂ, ਚੱਲ ਆ ਜੋੜੇ। ਸੋ ਇਸ ਕਰਕੇ ਬੇਨਤੀ ਹੈ ਵੀ ਜਿਹਨੇ ਮੋਰਚਾ ਲਾਉਣਾ ਜਿਹੜਾ ਮਰਜ਼ੀ ਲਾਵੇ, ਆਓ ਖਾਂ ਇੱਥੇ ਪਤਾ ਲੱਗੂਗਾ ਕੀ ਦਿੰਦੇ ਮੁੰਨੀ ਦੇ ਮਾਪੇ। ਇੱਥੇ ਬੈਠੋ ਆਣ ਕੇ, ਇੱਥੇ ਲੱਗਾ ਸੀ ਮੋਰਚਾ ਅਤੇ ਆਪਾਂ ਪੈਸੇ ਇਕੱਠੇ ਕਰਨ ਨੂੰ ਬਾਹਰ ਦੁਕਾਨਾਂ ਸ਼ੁਰੂ ਕਰ ਲਈਆਂ, ਕੋਈ ਘੰਟਾ ਕੁ ਆਉਂਦਾ, ਕੋਈ ਦੋ ਘੰਟੇ ਆਉਂਦਾ, ਆਣ ਕੇ ਭੱਜ ਜਾਂਦੇ ਹੋ। ਆਪਾਂ ਅੱਜ ਵੀ ਇੱਥੇ ਹਾਂ, ਦਿਵਾਲੀ ਤੱਕ ਆਪਾਂ ਬੰਦੀ ਛੋੜ ਦਿਵਸ ਤੱਕ ਇਹ ਪੋਸਟਪੋਨ ਕੀਤਾ ਕਿ ਕੋਈ ਬੈਲੈਂਸ ਨਹੀਂ ਕਰਨਾ। ਦਿਵਾਲੀ ਤੱਕ ਜੇ ਇਨਸਾਫ ਨਾ ਮਿਲਿਆ, ਚਾਹੇ ਮਰਾਂਗੇ ਅਤੇ ਚਾਹੇ ਮਾਰਾਂਗੇ, ਸ਼ਾਂਤੀ ਵਾਲੀ ਗੱਲ ਮੁੱਕ ਚੁੱਕੀ ਹੈ। ਪਰੰਤੂ ਜਿਹੜੇ ਇੱਥੇ ਪ੍ਰਧਾਨਗੀ ਕਰਨ ਆਉਂਦੇ ਆ, ਚੋਣਾਂ ਲੜਨ ਆਉਂਦੇ ਆ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਲੱਖ ਲਾਂਤ ਤੁਹਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ 328 ਸਰੂਪ ਥੋ ਪਤਾ ਨਹੀਂ ਲੱਗਦਾ, ਅਤੇ ਆਪਾਂ ਇੱਥੇ ਪ੍ਰਧਾਨ ਬਣਨ ਵਾਸਤੇ ਆਉਂਦੇ ਹਾਂ, ਮੋਰਚੇ ਨੂੰ ਧਰਨੇ ਦਾ ਰੂਪ ਦੇਈ ਜਾਂਦੇ ਹੋ, ਸ਼ਰਮ ਨਹੀਂ ਆਉਂਦੀ? ਮੋਰਚੇ ਨੂੰ ਮੋਰਚਾ ਰਹਿਣ ਦਿਓ, ਬਾਹਰ ਬਹਿ ਕੇ ਉੱਥੇ ਪਕੌੜੇ ਖਾ ਕੇ, ਚਾਹਾਂ ਪੀ ਕੇ ਅਤੇ ਫੋਟੋਆਂ ਖਿਚਾ ਕੇ ਮੁੜ ਜਾਂਦੇ ਹੋ। ਜੇ ਹਿੰਮਤ ਹੈਗੀ ਆ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਆਓ, ਅਤੇ ਤੁਸੀਂ ਕਹੋਗੇ ਆਊਂਗਾ, ਮੈਂ ਆਊਂਗਾ, 16 ਨੂੰ ਭੋਗ ਤੋਂ ਮਗਰੋਂ ਆਊਂਗਾ, ਇੱਥੇ ਹੀ ਬੈਠਾਂਗੇ, ਇੱਥੇ ਹੀ ਮੋਰਚਾ ਲਾਵਾਂਗੇ, ਚਾਹੇ ਮਰਾਂਗੇ ਅਤੇ ਚਾਹੇ ਮਾਰਾਂਗੇ। ਅਤੇ ਮੈਂ ਜਿਹੜੇ ਜਥੇਦਾਰ ਬਣਨ ਆਉਂਦੇ ਆ, ਜਿਹੜੇ ਆਣ ਕੇ ਪ੍ਰਧਾਨਗੀ ਦੀ ਚੋਣ, ਜਦੋਂ ਲੱਖ ਲਾਂਤ ਤੁਹਾਡੇ, ਤੁਸੀਂ SGPC ਦੀ ਚੋਣ ਕਰਵਾਉਣ ਆਉਂਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਦਿਵਾਉਣ ਆਉਂਦੇ ਹੋ? ਜੇ ਇਨਸਾਫ ਦਿਵਾਉਣਾ ਤਾਂ ਫਿਰ ਆਓ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੂਹਰੇ ਆਓ, ਪਤਾ ਲੱਗੇ ਕੀ ਦਿੰਦੇ ਮੁੰਨੀ ਦੇ ਮਾਪੇ, ਕਿੰਨੇ ਕੁ ਪਾਣੀ 'ਚ ਆਪਾਂ ਇੱਥੇ ਦਬਕੇ ਮਾਰਨ ਨੂੰ। ਅਤੇ ਮੈਂ ਬਾਹਰ ਮਾਰ ਦੂੰ, ਮੈਂ ਤੁਹਾਨੂੰ ਦਿਖਾ ਦਿੰਦਾ, ਮੈਂ ਸਾਹਮਣੇ ਖੜ੍ਹਾ ਹੁਣ ਵੀ, ਇੱਥੇ ਟਾਸਕ ਫੋਰਸ ਬੈਠੀ ਹੈ, ਨੌਜਵਾਨ ਬੈਠੇ ਆ, ਤਨਖਾਹ ਵਾਲੇ ਵੀਰਾਂ ਨੇ ਮੋਰਚਾ ਸੰਭਾਲਿਆ ਹੋਇਆ। ਪਰੰਤੂ 16 ਤਰੀਕ ਤੱਕ ਆ, ਮੈਂ ਤੁਹਾਨੂੰ ਦੱਸਿਆ ਸੀ, ਉਸ ਦਿਨ ਵੀ ਦੱਸਿਆ ਸੀ, ਕੋਈ ਕਮੇਟੀਆਂ ਬਣੀ ਜਾਂਦੀਆਂ, ਕੋਈ ਪਤਾ ਨਹੀਂ ਕੀ ਹੋਈ ਜਾਂਦਾ, ਰੌਲਾ ਪਾਈ ਜਾਂਦੇ, ਖੋਸਾ ਭੱਜ ਗਿਆ, ਫਲਾਨਾ ਭੱਜ ਗਿਆ, ਕਿਤੇ ਨਹੀਂ ਭੱਜੇ ਪੁੱਜੇ। ਮੈਂ ਲਾਈਵ ਲੂਵ ਜਿਹਾ ਹੋਣਾ ਨਹੀਂ ਚਾਹੁੰਦਾ, ਪਰ ਤੁਹਾਡੀ ਆ ਕੰਨਾ ਫੂਸੀ ਦੇਖ ਕੇ ਮੈਂ ਖਾਲੀ ਖੜ੍ਹਾ, ਇੱਥੇ ਖਾਲੀ, ਕੋਈ ਹਥਿਆਰ ਨਹੀਂ ਹੈਗਾ, ਕੁਛ ਨਹੀਂ ਹੈ। ਪਰੰਤੂ 16 ਜੇ 14 ਨੂੰ ਕੁਛ ਨਾ ਕੀਤਾ, ਇੱਥੇ ਦੇ ਪ੍ਰਬੰਧ ਨੇ ਪਰਚਾ ਨਾ ਕੀਤਾ, ਫਿਰ 16 ਨੂੰ ਗੁਰੂ ਜੋ ਕਰਾਏਗਾ ਉਹ ਕਰਾਂਗੇ। ਇੱਦਾਂ ਨਹੀਂ ਹੈਗਾ ਵੀ ਤੁਹਾਡੇ ਵਾਂਗੂ ਇੱਥੋਂ ਫੋਟੋਆਂ ਜਿਹੀਆਂ ਖਿਚਾ ਕੇ ਤੁਸੀਂ ਪ੍ਰਧਾਨਗੀ ਦੀ ਚੋਣ ਲੜਨਾ ਉਹਨੇ, ਹਿੰਮਤ ਤੁਹਾਡੇ 'ਚ ਹੈ ਨਹੀਂ, ਤੁਸੀਂ ਬਾਦਲ ਦੇ ਬਰਾਬਰ 11 ਬੰਦੇ ਖੜ੍ਹੇ ਕਰਨੇ ਆ ਅਤੇ 11 ਤੁਹਾਡੇ ਹਰਨੇ ਆ, ਬਾਦਲ ਨੇ ਫਿਰ ਜਿੱਤਣਾ, ਸ਼ਰਮ ਤੁਹਾਨੂੰ ਆਉਂਦੀ ਨਹੀਂ? ਮੰਜੀਆਂ 22 ਵਾਲਾ ਹਿਸਾਬ ਤੁਸੀਂ ਬਣਾਇਆ ਹੋਇਆ, ਉੱਥੇ ਬੈਠ ਗਏ ਬਾਹਰ, ਕੋਈ ਕੁਝ ਕੋਈ ਕੁਝ ਕੋਈ ਕੁਝ, ਅਰਦਾਸ ਕੀਤੀ ਸੀ ਗੁਰੂ ਕਿਰਪਾ ਕਰੇ ਪੂਰੀ ਹੋਊਗੀ ਅਰਦਾਸ, ਜੇ ਨਹੀਂ ਪੂਰੀ ਹੋਊਗੀ ਤਾਂ ਸਰੀਰ ਲੇਖੇ ਲੱਗੂਗਾ। ਇਹ ਇੱਥੇ ਬਾਹਰ ਘੰਟਾ ਘਰ 'ਚ ਬਹਿ ਕੇ ਜਾਂ ਬਾਹਰ ਉਹ ਪਰੇ ਬਹਿ ਕੇ ਨਹੀਂ ਗੱਲਾਂ ਬਣਨੀਆਂ। ਮਾਇਆ ਸੰਗਤ ਜੀ, ਮਾਇਆ ਮੁਇਆ ਨਾ ਇਹਨਾਂ ਨੂੰ ਦਿਓ, ਮੇਰੇ ਵਰਗੇ ਨੂੰ ਕਿਸੇ ਨੂੰ ਕੋਈ ਅਧਿਕਾਰ ਨਹੀਂ। ਕੋਈ ਮਰੀਜ਼ਾਂ ਦੇ ਨਾਂ 'ਤੇ ਮਾਇਆ ਮੰਗੀ ਜਾਂਦਾ, ਕੋਈ ਧਰਨਿਆਂ ਦੇ ਨਾਂ 'ਤੇ ਮੰਗੀ ਜਾਂਦਾ, ਪਹਿਲਾਂ ਤਾਂ ਗੁਸਤਾਖੀ ਕਰ ਰਹੇ ਹੋ, ਮੋਰਚੇ ਨੂੰ ਧਰਨਾ ਬਣਾਉਣ ਦੇ ਲੱਗਦੇ ਤੁਸੀਂ ਕਿਉਂ? ਮੋਰਚਾ ਲਾਇਆ ਸੀ ਗੁਰੂ ਨੇ, ਮੋਰਚਾ ਲਵਾਇਆ ਸੀ, ਧਰਨਾ ਨਹੀਂ ਹੈਗਾ। ਕਲੀਅਰ ਕਰਦਾ ਤੁਹਾਨੂੰ, ਇਹ ਪਾਵਨ ਪਵਿੱਤਰ ਅਸਥਾਨ ਬਾਬਾ ਅਟਲ ਰਾਏ ਸਾਹਿਬ ਦਾ, ਮੈਂ ਗੁਸਤਾਖੀ ਅੱਜ ਸੰਗਤ ਤੋਂ ਮਾਫ਼ੀ ਮੰਗਦਾ, ਕਿਉਂਕਿ ਬੜੇ ਲੋਕ ਕਹੀ ਜਾਂਦੇ ਜੀ ਭੱਜ ਗਏ ਜੀ, ਕਿੱਥੇ ਭੱਜੇ ਹੈਗੇ, ਇੱਥੇ ਹੈਗੇ ਹਾਂ। ਬੰਦੀ ਛੋੜ ਦਿਵਸ ਤੱਕ ਪੋਸਟਪੋਨ ਕੀਤਾ, ਬੰਦੀ ਛੋੜ ਦਿਵਸ ਤੋਂ ਮਗਰੋਂ, ਜੇ ਬੰਦੀ ਛੋੜ ਦਿਵਸ ਦੇ ਉੱਤੇ ਨਾ ਕੋਈ ਐਲਾਨ ਕੀਤਾ, ਨਾ ਦੋਸ਼ੀਆਂ 'ਤੇ ਪਰਚਾ ਦਰਜ ਕੀਤਾ, ਜਾਂ ਮਰਾਂਗੇ ਜਾਂ ਮਾਰਾਂਗੇ, ਸ਼ਾਂਤੀ ਦੀ ਅਰਦਾਸ ਮੁੱਕ ਚੁੱਕੀ ਹੈ। ਇਹ ਸਿਰਫ ਅਤੇ ਸਿਰਫ ਕੁਝ ਲਗਾੜੇ ਲੋਕ ਆਪਣੇ ਪੈਸੇ ਬਣਾਉਣ ਦੀ ਖਾਤਰ, ਆਪਣੀ ਚੌਧਰ ਚਮਕਾਉਣ ਦੀ ਖਾਤਰ, ਕੋਈ ਕਿਤੇ ਬਹਿ ਗਿਆ, ਕੋਈ ਕਿਤੇ ਬਹਿ ਗਿਆ। ਧਰਨਾ ਨਹੀਂ ਹੁੰਦਾ, ਖਾਲਸਾ ਮੋਰਚੇ ਲਾਉਂਦਾ ਹੁੰਦਾ, ਧਰਨਾ ਕੁਕੜੀਆਂ ਦਿੰਦੀਆਂ ਹੁੰਦੀਆਂ, ਮੁਰਗੀਆਂ ਦਿੰਦੀਆਂ ਹੁੰਦੀਆਂ, ਧਰਨੇ ਤੁਸੀਂ ਧਰਨੇ ਲਾਉਣੇ ਹੋ। ਆਪਾਂ ਅੱਜ ਵੀ ਇੱਥੇ ਹਾਂ, ਕੱਲ੍ਹ ਵੀ ਇੱਥੇ ਹਾਂ, ਪਰਸੋਂ ਵੀ ਇੱਥੇ, ਤਰਸੋਂ ਵੀ ਇੱਥੇ ਰਹਾਂਗੇ, ਔਰ ਕੋਈ ਵੈਲਸ ਨਹੀਂ ਹੈਗਾ ਕਿਸੇ ਦੇ ਨਾਲ, ਕੋਈ ਝਗੜਾ ਨਹੀਂ ਹੈ, ਪੀਸ 'ਚ ਹੈਗੇ ਹਾਂ। ਪਰੰਤੂ ਸ਼ਾਂਤੀ ਵਾਲਾ ਕੰਮ ਉਦਣ ਮੁੱਕ ਗਿਆ ਸੀ ਜਿੱਦਣ ਨਰੈਣੂ ਮਹੰਤ ਦੇ ਵਾਰਸਾਂ ਨੇ ਹਮਲਾ ਕੀਤਾ ਸੀ। ਗੁਰੂ ਕਿਰਪਾ ਕਰੇ ਸਰੀਰ ਅੱਜ ਵੀ ਹਾਜ਼ਰ ਹੈ, ਜੇ ਮੇਰਾ ਸਰੀਰ ਲੈ ਕੇ ਇਹ ਮੇਰੇ ਨਾਲ ਸੌਦਾ ਕਰ ਲੈਣ, ਜੇ ਮੇਰੇ ਗੋਲੀ ਮਾਰ ਕੇ 328 ਸਰੂਪ ਵਾਲਿਆਂ 'ਤੇ ਪਰਚਾ ਕਰ ਦੇਣਗੇ ਤਾਂ ਮੈਨੂੰ ਸਸਤਾ ਸੌਦਾ ਹੈ, ਅਤੇ ਬਾਕੀ ਜਿਹੜੇ ਬਾਹਰ ਦੁਕਾਨਾਂ ਲਾ ਕੇ ਬੈਠੇ ਆ ਵੀਰ, ਇਹ ਦੁਕਾਨਾਂ ਚੱਲਣੀਆਂ ਨਹੀਂ ਗੀਆਂ। ਗੁਰੂ ਦੀ ਗੱਲ ਕਰੋ, ਪ੍ਰਧਾਨਗੀਆਂ ਨਾ ਇੱਥੇ ਭਾਲੋ, ਪ੍ਰਧਾਨਗੀਆਂ ਗੁਰੂ ਨੇ ਦੇ ਦੇਣੀਆਂ ਜੇ ਸਿੱਧੀ ਨੀਤ ਨਾਲ ਲੱਗੇ।
ਤੇ ਜੇ ਆਪਾਂ ਇਕੱਲੀ ਪ੍ਰਧਾਨਗੀ ਵੇਖਣਾ ਇਹ ਵੀ ਪ੍ਰਧਾਨਗੀ ਵੇਖਣੀ ਆ ਤੇ ਫਿਰ ਪ੍ਰਧਾਨਗੀ ਨਹੀਂ ਥਿਆਉਣੀ, ਪ੍ਰਧਾਨਗੀ ਥਿਆਉਂਦੀ ਨਹੀਂ ਹੁੰਦੀ। ਇਸ ਕਰਕੇ ਆਪਣੇ ਆਪ ਨੂੰ ਪਛਾਣੋ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆ ਕੱਲ੍ਹ ਆ ਜਿਹੜੇ ਗੋਰੇ ਮਸਕੀਨ ਸਾਹਿਬ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀਗੇ ਮੈਂ ਬੜਾ ਵੱਡਾ ਹੈਗਾ, ਉਹ ਕਹਿੰਦੇ ਬੜਾ ਵੱਡਾ ਕਥਾਵਾਚਕਾ ਮੈਂ ਗੋਰੇ ਮਸਕੀਨ। ਕੱਲ੍ਹ ਮੈਂ ਇੱਥੇ ਆਹ ਮਸਕੀਨ ਜੀ ਦੀ ਕੁਟੀਆ ਉੱਥੇ ਜਾ ਕੇ ਉਹਨਾਂ ਨੂੰ ਸਵਾਲ ਕੀਤੇ, ਮੈਂ ਕਿਹਾ ਦੱਸ ਭਾਈ ਕਿੱਥੇ ਰੋੜੇ ਆ ਸਰੂਪ ਬਈ, ਕਿੱਥੇ ਵੇਚੇ ਆ? ਉਹਨੂੰ ਗੱਲ ਨਹੀਂ ਸਿਆਈ ਕੋਈ। ਸੋ ਇਸ ਕਰਕੇ ਇਹ ਭਾਈ ਇਹ ਕੋਈ ਗੱਲਾਂ ਦੇ ਨਾਲ ਗੱਲ ਬਣਨ ਵਾਲੀ ਨਹੀਂ ਹੈ ਵੀ ਜੇ ਤੁਸੀਂ ਗੱਲਾਂ ਕਰਕੇ। ਮੈਂ ਭਾਈ ਬਲਦੇਵ ਸਿੰਘ ਵਡਾਲਾ ਨੂੰ ਵੀ ਬੇਨਤੀ ਕਰਾਂ, ਸਿੰਘ ਸਾਹਿਬ ਰਣਜੀਤ ਸਿੰਘ ਨੂੰ ਬੇਨਤੀ ਕਰਾਂ ਕਿ ਜਥੇਦਾਰੋ ਇਕੱਠੇ ਹੋਵੋ, ਤੁਸੀਂ ਕੌਮ ਨੂੰ ਇਕੱਠੇ ਕਰਨਾ ਸੀ, ਤੁਸੀਂ ਆਣ ਕੇ ਗੱਲਾਂ ਤਾਂ ਕਰਦੇ ਹੋ, ਹਸਪਤਾਲ ਤੁਹਾਡੇ ਕੋਲ ਗੇੜਾ ਨਹੀਂ ਵੱਜਿਆ ਦੋਹਾਂ ਕੋਲੋਂ ਕਿਸੇ ਕੋਲੋਂ, ਮਰੀਜ਼ਾਂ ਦਾ ਤੁਸੀਂ ਪਤਾ ਨਹੀਂ ਲੈ ਸਕੇ, ਅੱਜ ਆਣ ਕੇ ਸਿਆਸਤਾਂ ਕਰਦੇ ਹੋ, ਘੰਟਾ ਕੁ ਉੱਥੇ ਬਹਿ ਕੇ ਰੌਲਾ ਰੱਪਾ ਪਾ ਕੇ ਕਹਿੰਦੇ ਬੜਾ ਵੱਡਾ ਮੋਰਚਾ ਮਾਰ ਲਿਆ। ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰੰਤੂ ਤੁਸੀਂ ਇੱਕ ਮੋਰਚੇ ਤੋਂ ਤਿੰਨ ਬਣਾ ਤੇ ਤਿੰਨ, ਅਤੇ ਵਿੱਚ ਕੁਝ ਕਹਿੰਦੇ ਜੀ ਸੱਤ ਮੈਂਬਰੀ ਭੰਗ ਕਰਤੀ ਅਤੇ ਆਹ ਕਰਤਾ ਉਹ ਕਰਤਾ, ਤੁਸੀਂ ਸੱਤ ਮੈਂਬਰੀ ਕਰੋ ਭੰਗ। ਜਿੱਦਣ ਮੰਜੀ ਸਾਹਿਬ ਇਸ ਵੇਲੇ ਅਰਦਾਸ ਕੀਤੀ ਸੀ ਇੱਦੋਂ ਪਹਿਲਾਂ, ਸੱਤ ਮੈਂਬਰੀ ਕਿਹੜੀ ਖੁੱਡ 'ਚ ਵੜ ਗਈ ਸੀ? ਉਦੋਂ ਕਿੱਥੇ ਸੀ ਸੱਤ ਮੈਂਬਰੀ, ਕਿੱਥੇ ਸੀ ਮੋਰਚੇ ਵਾਲੇ? ਅਰਦਾਸ ਗੁਰੂ ਕੇ ਸਿੱਖ ਨੇ ਗੁਰੂ ਅੱਗੇ ਕੀਤੀ ਸੀ। ਅਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰਕੇ, ਮੈਂ ਤਾਂ ਕਹਿੰਦਾ ਵੀ ਮੈਂ ਦਾ ਬੰਦਾ, ਮੈਂ ਦਾਸ ਦੂਸ ਵਾਲੀਆਂ ਭਾਸ਼ਾ ਨਾ ਮੈਨੂੰ ਵਰਤਣੀਆਂ ਆਉਂਦੀਆਂ, ਕਿਉਂਕਿ ਗੁਰੂ ਨੇ ਕਿਰਪਾ ਕੀਤੀ ਅਰਦਾਸ ਕੀਤੀ ਸੀ, ਉਸ ਅਰਦਾਸ 'ਤੇ ਅੱਜ ਵੀ ਕਾਇਮ ਹਾਂ। ਜ਼ਰੂਰੀ ਨਹੀਂ ਹੁੰਦਾ ਜਦੋਂ ਪੈਂਤੜੇ ਬਦਲਣੇ ਪੈਂਦੇ ਆ, ਜਦੋਂ ਵੱਡਾ ਸ਼ਿਕਾਰ ਕਰਨਾ ਹੋਵੇ ਪਿਛਾਂ ਹਟਣਾ ਪੈਂਦਾ। ਤਿਆਰੀ ਕਰ ਰਹੇ ਹਾਂ, ਪਿੰਡਾਂ 'ਚ ਜਾ ਰਹੇ ਹਾਂ, ਗੁਰੂ ਕੀਆਂ ਸੰਗਤਾਂ ਨੂੰ ਮਿਲ ਰਹੇ ਹਾਂ, ਆਗੂਆਂ ਨੂੰ ਮਿਲਣ ਦਾ ਕੋਈ ਵਿਚਾਰ ਨਹੀਂ ਹੈ। ਆਗੂਆਂ ਨੇ ਸਦਾ ਹੀ ਮੰਝ ਧਾਰ 'ਚ ਡੋਬਿਆ, ਆਗੂਆਂ ਨੇ ਬਰਗਾੜੀ ਸੱਤਿਆਨਾਸ਼ ਕੀਤਾ, ਆਗੂਆਂ ਨੇ ਸੂਰਤ ਸਿੰਘ ਵਾਲੇ ਮਸਲੇ ਦਾ ਸੱਤਿਆਨਾਸ਼ ਕੀਤਾ, ਆਗੂਆਂ ਨੇ ਗੁਰਬਖਸ਼ ਸਿੰਘ ਵਾਲੇ ਮਸਲੇ ਦਾ ਸੱਤਿਆਨਾਸ਼ ਕੀਤਾ, ਅਤੇ ਅੱਜ ਆਗੂ 328 ਸਰੂਪ ਵਾਲੇ ਮਸਲੇ ਦਾ ਸੱਤਿਆਨਾਸ਼ ਕਰਨ ਲੱਗੇ ਨੇ। ਜਿਹੜੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 328 ਸਰੂਪਾਂ ਨੂੰ ਮੁੱਦਾ ਬਣਾ ਕੇ ਲੜੀਆਂ ਜਾਣ, ਸ਼ਰਮ ਕਰ ਲੈਣ। ਹਾਂ, ਸ਼੍ਰੋਮਣੀ ਕਮੇਟੀ ਹੱਲ ਹੈ, ਪ੍ਰਬੰਧ ਬਦਲਣਾ ਚਾਹੀਦਾ, ਪਰੰਤੂ ਇਹ ਨਹੀਂ ਕਿ ਆੜ 328 ਸਰੂਪਾਂ ਦੀ ਲੈ ਕੇ। ਹਿੰਮਤ ਹੈਗੀ ਹੈ ਵਿਚਰੋ ਪਿੰਡਾਂ ਵਿੱਚ, ਲਾਮਬੰਦ ਕਰੋ ਲੋਕਾਂ ਨੂੰ, ਪਰੰਤੂ 328 ਸਰੂਪਾਂ ਨੂੰ ਮੁੱਦਾ ਬਣਾ ਕੇ ਤੁਸੀਂ ਇੱਥੇ ਸਿਆਸਤ ਕਰਨ ਆਓ। ਇਕੱਠੇ ਕਰਨ ਦੀ ਬਜਾਏ ਤੁਸੀਂ ਤਿੰਨ ਤਿੰਨ ਥਾਵਾਂ 'ਤੇ ਕਰ ਰਹੇ ਹੋ। ਗੁਰੂ ਕਿਰਪਾ ਕਰੇ, ਜਿਹੜੇ ਲੋਕ ਕਹਿੰਦੇ ਸੀ ਖੋਸੇ ਦੇ ਦਿਮਾਗ 'ਚ ਫਰਕ ਪੈ ਗਿਆ, ਉਹ ਮੈਂ ਤੁਹਾਨੂੰ ਦੱਸਦਾ, ਓਏ ਬਾਦਲਾਂ ਦੇ ਹੱਥ ਕਿੱਡੇ ਲੰਮੇ ਆ, ਗੁਰੂ ਨੇ ਮੈਨੂੰ ਰੱਖਿਆ ਕੀਤੀ ਹੈ, ਗੁਰੂ ਨੇ ਮੈਨੂੰ ਬਚਾਇਆ, ਮੇਰੇ ਆਪਣੇ ਹੀ ਮੈਨੂੰ ਪਾਗਲ ਕਹਿੰਦੇ ਸੀ। ਆਓ ਹੁਣ ਪਾਗਲ ਤਾਂ ਇੱਥੇ ਤੁਰਿਆ ਫਿਰਦਾ, ਅਕਲ ਵਾਲੇ ਘਰਾਂ 'ਚ ਕਿਹੜੀ ਖੁੜ 'ਚ ਵੜ ਕੇ ਸੌਂ ਗਏ ਆ? ਉਹ ਪਹਿਲਾਂ ਕਹਿੰਦੇ ਸੀ 10 ਤਰੀਕ ਨੂੰ ਪ੍ਰੋਗਰਾਮ ਦੇਣਾ, ਹੁਣ 10 ਦੀ ਬਜਾਏ ਜਦੋਂ 10 ਨੇ 16 ਦਾ ਪਾਠ ਦਾ ਭੋਗ ਰੱਖਿਆ ਅਤੇ ਹੁਣ 15 ਕਰਤੀ, ਅਤੇ ਫਿਰ ਮੈਨੂੰ ਹੁਣ ਕਹਿਣਾ ਪਊਗਾ ਵੀ ਕਿਉਂ ਰਲ ਗਏ ਹੋ ਜਾਂ ਕੁੱਟ ਤੋਂ ਡਰ ਗਏ ਹੋ? ਹਜੇ ਤਾਂ ਵੱਜੀਆਂ ਹੀ ਥੋੜ੍ਹੀਆਂ, ਰੌਲਾ ਜ਼ਿਆਦਾ ਪਾਉਂਦੇ ਹੈ, ਕਈਆਂ ਨੇ ਪੱਟੀਆਂ ਜੀਆਂ ਬੰਨ੍ਹ ਕੇ ਉੱਦਾਂ ਹੀ ਫੋਟੋਆਂ ਖਿਚਾਈ ਜਾਂਦੇ। ਖਾਲਸਾ ਜੀ, ਸੁਚੇਤ ਰਹੋ, ਸੁਚੇਤ। ਵਿਦੇਸ਼ ਦੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ, ਇੱਕ ਦਮੜਾ ਨਾ ਕਿਸੇ ਨੂੰ ਭੇਜਿਓ, ਇਹ ਭੁੱਖੇ ਲੋਕ ਸਿਰਫ ਤੇ ਸਿਰਫ ਪੈਸਾ ਇਕੱਠਾ ਕਰਨ ਵਾਸਤੇ ਬਕਵਾਸ ਕਰਦੇ ਹੈ, ਗੁਰੂ ਦੇ ਨਾਲ ਇਹਨਾਂ ਨੂੰ ਕੋਈ ਪਿਆਰ ਨਹੀਂ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਉਹ ਨਿੱਕੇ ਕੀੜੇ ਨੂੰ ਰਾਜ ਕਰਾ ਸਕਦੇ ਆ ਅਤੇ ਮੱਛਰ ਕੋਲੋਂ ਪਹਾੜ ਤੜਾ ਸਕਦੇ ਆ, ਕਿਰਪਾ ਕਰਨਗੇ। ਹੋਏ 71, ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਸਲ ਸਫਾ ਵਿਛਾਏ। ਮੈਂ ਦੁਬਾਰਾ ਫਿਰ ਬੇਨਤੀ ਕਰਾਂ, ਮੈਂ ਨਾਂ ਲੈ ਕੇ ਕਹਿੰਦਾ, ਸਿੰਘ ਸਾਹਿਬ, ਭਾਈ ਸਾਹਿਬ, ਭਾਈ ਰਣਜੀਤ ਸਿੰਘ ਜੀਓ, 1999 ਤੋਂ ਲੈ ਕੇ ਦਿਲੋਂ ਤੁਹਾਨੂੰ ਜਥੇਦਾਰ ਮੰਨਦੇ ਆ ਰਹੇ ਹਾਂ, ਪਰ ਤੁਹਾਡੀ ਪਰਫੋਰਮੈਂਸ ਜਥੇਦਾਰਾਂ ਵਾਲੀ ਨਹੀਂ ਹੈਗੀ। ਅੱਜ ਤੁਸੀਂ ਉੱਦਣ ਆਏ, ਤੁਸੀਂ ਆਣ ਕੇ ਪਤਾ ਤੱਕ ਵੀ ਨਹੀਂ ਲਿਆ, ਤੁਸੀਂ ਪੁੱਛਿਆ ਨਹੀਂ ਹੈ ਕਿਸੇ ਨੂੰ, ਉੱਥੇ ਬੜਕਾ ਮਾਰ ਕੇ ਚਲੇ ਗਏ ਹੋ। ਫਿਰ
फिर दसो जिथे जेड़े घरे सोग होवे जेड़े घरे जख्म होए होण उस घरे पता लैण जाईदा हुंदा जां बाहर गलियां च वड़कां मारी जांदियां। ते सत्कारयोग बलदेव सिंह वडाला जीओ तुसीं अमृतसर च रहिंदे हो मैनूं दसो कितना हस्पताल गए किहड़े किहड़े मरीज का इलाज करवाया किन्नी दवाई दे पैसे दित्ते की कीता तुहाडी कुरबानी इन्नी आ भी लावा लाइव ड्यूटी कट्टी गई। लाइव ड्यूटी कट्टी जाना बहुत वड्डा काम नहीं हुंदा इस करके गमराह ना करो कौम नूं दफाड़ ना करो ते बादलां दी बी टीम बन के इत्थे अपना हलवा मंडा ना चलाओ। गुरु दा कार्ज जिहड़े गुरु ने 4 सितंबर नूं इह कार्ज शुरू करवाया सी जिहड़े गुरु ने 14 सितंबर नूं मोर्चा लवाया सी जिहड़े गुरु ने 10 नूं अटारी साहब अरदास कराई सी उस गुरु ने फतेह कर देनी है। चिंता ना करो होर कोई काम कर लो जाके जे करना है ते आओ तेजा सिंह समुद्री हाल दे सामने मोर्चा लाइए फिर पता लगूगा कि मां दा दुध किने किने पीता ते किने किने ये जिहड़ा कार्ज आ ये करना आ क्योंकि ये ना होवे पुत्ता वे पिछे पिछे ते पिंडा वे अगे अगे। आगू अपना आप बचाउंदे आ अपना आप ना बचाओ। श्रोमणी कमेटी की प्रधानगी की चोण लड़न वास्ते मैं वार वार कह रहा धरने ला लाओ जे श्रोमणी कमेटी की चोण लड़नी है तो मर्दा वगू जाओ नित्रो जाके 327 रूपां ते सियासत करके प्रधान नहीं बने जाना। 2015 में भी तुसीं इदां बेड़ा गर्क किया गुरु ग्रंथ साहब महाराज सच्चे पातशाह का कुरबानी दे के कौम नूं सच्चे पातशाह इकट्ठे करदे आ ते तुसीं अपने मफादां की खातर मोर्चिआं नूं धरने बना दिंदे हो। सो इस करके दोबारा फिर संगत नूं बेनती है भी ये लगाड़ियां नूं ये तुहानूं कहणगे पैसे भेजो इत्थे पैसे करने की आ गुरु रामदास महाराज सच्चे पातशाह दे घरे लंगर आ इत्थे सारा कुछ बनदा इत्थे जल पानी मिलदा प्रशादा मिलदा जुत्तियां वाले नूं जुत्तियां भी मिलदियां सानूं पूरियां मिलियां हर एक तरह की इत्थे सेवा हुंदी है। ते की लोड़ आ पैसे की क्यों पैसा मंगाउंदे हो क्यों लोगों गुमराह करते हो क्यों मोर्चे नूं तार पीड़ करते हैं आ जिहड़े कहिंदे जी असीं हुण पंथक मोर्चा बना लिया आ जिहड़े वीडियो जिहां पाउंदे सी ते फिर डरदे इत्थे आउंदे भी नहीं सी अज ओह शेर बने फिरदे आ। आओ मेरे नाल डिबेट करो अंदरले बाहरले सारिआं नूं गुरु की कृपा दे नाल निम्रता सहित चैलेंज करदा आओ बैठो टेबल ते टेबल टाक करिए दसीए सुखजीत सिंह खोसे दा दिमाग खराब आ या तुहाडा खराब हो गया तुहाडा दिमाग खराब हो गया तुसीं मोर्चे की फूक कढ़ी तुसीं मोर्चे नूं तार पीड़ कीता अंदर जाके सलाहां करदे रहे कमरे लैंदे रहे किराए ते सौदे तुहाडे होए नहीं कुछ दे विच्चों होए ओह सौदा अपना अपना समान लैके चले गए ते अज फिर तुहानूं एक तड़श लगी हुई आ भी किसी ना किसी तरह इस मोर्चे की हवा कढ़ी जाए। अरदास करो गुरु की संगत कि जेड़े ध्यान सुंग डोगरे दियां अलादां मोर्चे का बेड़ा गर्क करन ते लगियां हुईयां ने महाराज उन्हां नूं समत पावे। जथेदार सिंह साहब रणजीत सिंह हुणां नूं मैं हाथ जोड़ के बेनती करदा कि तुसीं फोन ते तां गल नहीं करदे तुसीं किसी दे नाल मेरे खास करके मेरे नाल ते गल कीती नहीं है कदे मैं 3-4 साल तो तुहानूं मिलना चाह रहा तुसीं ये बहुत अहंकारी हो मैनूं ये कहण च कोई संकोच नहीं है तुसीं पूरे डिकटेटर हो तुसीं गल नहीं करदे तुहाडा फर्ज बनदा सी कम से कम जिहड़े गुरु के सिख ने अरदास कीती है उहनूं जाके पुछिए तां सही भी भाई तेरी अरदास की आ परंतु तुसीं पहले ऐलाननामे जारी करन लग पए। जथेदार जीओ मैं अज भी तुहानूं जथेदार बनदा कि 1999 च तुहाडे नाल धक्का होया सी परंतु तुसीं लोक फिर धक्के ते आए हो तुसीं इदां गिद्दड़ भमकियां अपना डरावे दे के नहीं इह गल बनन वाली ये तो सिर लाना पैना तो जे सिर लाना तो आ जाओ सिर जोड़ के बैठीए तो कल्ले कल्ले ने जे सिर देना तो फिर कोई गल बनने वाली नहीं है। गुरु कृपा करे ये तो शास्त कर दो बंद ये गुरु साहब की कृपा दे नाल मोर्चा उन्हें आप लवाया सी ते आप सफलता दूगा। अज भी इत्थे हाँ बाणी पढ़ के दीवान हाल मंजी साहब के सामने अरदास की आ ते दीवान हाल मंजी साहब नूं समर्पित आ। ते दूजी गल हुण कहिंदे जी की होया जदों मैनू चुक के लै गया खालसा जी मैं तुहानूं दसदा 11:15 का टाइम होऊ मैनू खिच के लै गए मेरी अरदास सी मिट्टी की डली नहीं मारनी जदों मैनू खिच के लै गए ते मेरे भरा मेरे नाल दे आगू 20-25 मिनट मेरी धर्म पत्नी दे छित्र पैंदे देखदे रहे उहनूं धक्के वजदे देखदे रहे ते जदों फिर दुश्मन ने देखा भी ये तां
ਆਪਦੀਆਂ ਜਨਾਨੀਆਂ ਵੀ ਕਟਾਉਂਦੇ ਆ, ਫਿਰ ਉਹਨਾਂ ਨੇ ਇਹਨਾਂ ਦਾ ਕਟਾਪਾ ਲਾਇਆ, ਫਿਰ ਹਾਈ ਬੋੜੀ ਹੋਈ, ਫਿਰ ਚੀਕ ਝਾੜਾ ਹੋਇਆ, ਫਿਰ ਭੱਜੇ, ਫਿਰ ਭੱਜਣ ਦਾ ਕੀ ਆ। ਸੋ ਇਸ ਕਰਕੇ ਮੈਂ ਅੱਜ ਮੈਨੂੰ ਕਹਿੰਦੇ ਜੀ ਤੁਸੀਂ ਕਿਸੇ 'ਤੇ ਪਹੁੰਚ ਕਰੋ, ਹੁਣ ਮੈਂ ਕਿਉਂ ਪਹੁੰਚ ਕਰਾਂ, ਜਿਹਨੇ ਪਹੁੰਚ ਕਰਨੀ ਆ ਅਰਦਾਸ ਹੋਈ ਆ, ਆ ਜਾਓ ਸ਼ਾਮ ਆ ਜਾਓ ਬਹਿ ਜਾਓ ਕਰ ਲਓ। ਇਸ ਕਰਕੇ ਫਿਰ ਮੈਂ ਦੁਬਾਰਾ ਬੇਨਤੀ ਕਰਦਾ ਵਾਂ ਕਿ ਜਿਹੜੇ ਕਹਿੰਦੇ ਸੀ ਖੋਸੇ ਦਾ ਦਿਮਾਗ ਖਰਾਬ ਆ, ਤੁਸੀਂ ਮੈਨੂੰ ਚੁਕਾਇਆ, ਤੁਸੀਂ ਮੈਨੂੰ ਆਪਣੇ ਬੰਦਿਆਂ ਦੇ ਗੁੰਮਰਾਹ ਕਰਕੇ ਮੈਨੂੰ ਬਾਦਲਾਂ ਦੇ ਆਖੇ ਲੱਗ ਕੇ ਮੈਂਟਲ ਹੋਸਪਿਟਲ ਤੱਕ ਲੈ ਕੇ ਗਏ। ਉਹ ਤਾਂ ਸਦਕੇ ਜਾਵਾਂ ਮੈਂ ਉਹਨਾਂ ਐਡਵੋਕੇਟਾਂ ਦੇ ਜਿਹੜਾ ਨੇ ਮੌਕੇ 'ਤੇ ਪਹੁੰਚ ਕੇ ਮੋਰਚੇ ਨੂੰ ਸੰਭਾਲ ਲਿਆ, ਅਤੇ ਉਸ ਡਾਕਟਰ ਨੇ ਤੁਹਾਡੀ ਅੱਖ ਨਹੀਂ ਚੱਲਣ ਦਿੱਤੀ। ਸਾਧ ਸੰਗਤ ਜੀ, ਜੇ ਇਹ ਲੋਕ ਉੱਦਣ ਮੇਰੇ ਕੋਈ ਟੀਕਾ ਲਵਾਉਣ ਵਿੱਚ ਕਾਮਯਾਬ ਹੋ ਜਾਂਦੇ ਤਾਂ ਮੇਰੇ ਪਰਿਵਾਰ ਨੇ ਸਾਰੀ ਜ਼ਿੰਦਗੀ ਇਹ ਤਾਨਿਆਂ ਦਾ ਸੁਣਨੇ ਸੀ ਕਿ ਇੱਕ ਬੰਦਾ ਉੱਥੇ ਮੋਰਚਾ ਲਾਉਣ ਗਿਆ ਸੀ, ਪਾਗਲ ਹੋ ਕੇ ਮਰ ਗਿਆ। ਇਹ ਕਿਹੜੇ ਲੋਕ ਨੇ, ਇਹ ਕਿਹੜੀ ਸੋਚ ਦੇ ਲੋਕ ਨੇ? ਇਹ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਅਨੁਸਾਰ ਕੰਮ ਹੋਵੇ। ਜੇ ਤਾਂ ਕੋਈ ਇਹਨਾਂ ਦੇ ਅਨੁਸਾਰ ਸੋਚਦਾ ਤਾਂ ਉਹ ਅਕਲਦਾਨ ਆ, ਅਤੇ ਜੇ ਕੋਈ ਇਹਨਾਂ ਤੋਂ ਉਲਟਾ ਸੋਚਦਾ ਤਾਂ ਉਹ ਪਾਗਲ ਆ। ਅਤੇ ਮਹਾਰਾਜ ਕਹਿੰਦੇ ਆ ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਸੋ ਇਸ ਕਰਕੇ ਇਹਨਾਂ ਨੂੰ ਪੁੱਛੋ, ਅੱਜ ਸੋਸ਼ਲ ਮੀਡੀਆ ਦਾ ਯੁੱਗ ਆ, ਇਕੱਲੇ ਇਕੱਲੇ ਆਗੂ ਨੂੰ ਆ ਛਿਆਂ ਨੂੰ ਤਾਂ ਪਹਿਲਾਂ ਲਓ ਨਾ, ਵੀਡੀਓ ਕਾਨਫਰੰਸ ਕਰੋ, ਇਹਨਾਂ ਨੂੰ ਪੁੱਛੋ ਵੀ ਕੀ ਕਿੱਥੇ ਕੀ ਹੋਇਆ। ਬਾਕੀਆਂ ਨੂੰ ਵੀ ਪੁੱਛੋ ਜਿਹੜੇ ਮੋਰਚੇ ਦੀ ਡੰਡ ਲਾਉਣ 'ਤੇ ਲੱਗੇ ਹੋਏ ਆ, ਜਿਹੜੇ ਹਲਵਾ ਮੰਡਾ ਚਲਾਉਣ ਵਾਸਤੇ ਬਾਹਰ ਬਹਿ ਗਏ, ਅਤੇ ਸਿੱਧੀ ਇੱਕੋ ਹੀ ਗੱਲ ਦੱਸਦੀ ਆ ਵੀ ਮੈਂ ਪ੍ਰਧਾਨ ਬਣ ਜਾਵਾਂ। ਕੋਈ ਕਹਿੰਦਾ ਮੈਂ ਜਥੇਦਾਰ ਬਣ ਜਾਵਾਂ, ਇੱਦਾਂ ਜਥੇਦਾਰ ਪ੍ਰਧਾਨ ਨਹੀਂ ਬਣਿਆ ਜਾਣਾ, ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਇਹ ਕਾਰਜ ਨਹੀਂ ਹੋਣ ਵਾਲਾ। ਅਤੇ ਮਹਾਰਾਜ ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਜੇ ਮਰਨਾ ਕਬੂਲਣਾ ਤਾਂ ਫਿਰ ਬਾਹਰ ਨਹੀਂ ਉਹ ਕੋਠੇ 'ਤੇ ਚੜ੍ਹ ਕੇ ਇੱਟਾਂ ਨਾ ਮਾਰੋ, ਆਓ ਇੱਥੇ, ਆਪਾਂ ਇੱਥੇ ਕੋਈ ਗਾਲਾਂ ਕੱਢਣੀਆਂ, ਇੱਥੇ ਰੌਲਾ ਪਾਉਣਾ, ਇੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਮੈਂ ਬਹਿਨਾ ਤੁਹਾਡੇ ਨਾਲ, ਅਤੇ ਜੇ ਤੁਸੀਂ ਆਉਂਦੇ ਹਾਂ ਤਾਂ ਮੈਂ ਬਹੂੰਗਾ। ਵੈਸੇ ਮੈਂ ਸੋਲ੍ਹਾਂ ਨੂੰ ਭੋਗ ਅਟਾਰੀ ਸਾਹਿਬ ਤੋਂ ਮਗਰੋਂ ਮੋਰਚਾ ਗੁਰੂ ਕੀ ਸੰਗਤ ਦੀ ਸਲਾਹ ਨਾਲ ਖੋਲ੍ਹਾਂਗੇ। ਕੀ ਖੋਲ੍ਹਣਾ, ਚੱਲ ਰਿਹਾ ਅੱਜ ਵੀ 58ਵੇਂ ਦਿਨ, ਮੇਰਾ ਖਿਆਲ 58 ਦਿਨ ਹੋ ਗਿਆ ਅੱਜ ਅਰਦਾਸ ਕੀਤੀ ਆ। ਰੋਜ਼ ਅਰਦਾਸ ਕਰਦੇ ਹਾਂ, ਅਪ ਡਾਊਨ ਵੀ ਕਰਦੇ ਹਾਂ, ਸੰਗਤ ਨੂੰ ਵੀ ਮਿਲਦੇ ਹਾਂ, ਮਿਲਾਂਗੇ ਵੀ। ਪਰ ਇਹ ਨਾ ਕਹੋ ਵੀ ਖੋਸਾ ਭੱਜ ਗਿਆ, ਖੋਸਾ ਨਹੀਂ ਭੱਜਿਆ, ਮਰਿਆ ਜ਼ਰੂਰ ਆ ਖੋਸਾ, ਇੱਕ ਵਾਰ ਨਾ ਮਰਿਆ, ਕੁੱਟ ਖਾਧੀ ਹੈ, ਅਫਸੋਸ ਕੋਈ ਨਹੀਂ ਹੈਗਾ। ਕਿਉਂ, ਮੇਰੀਆਂ ਸਤਿਕਾਰਯੋਗ ਮਾਈਆਂ ਬੀਬੀਆਂ ਨੇ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾਏ ਸੀ, ਨੇਜਿਆਂ 'ਤੇ ਟੰਗੇ ਗਏ ਸੀ, ਚਰਖੜੀਆਂ 'ਤੇ ਚੜੇ ਗਏ ਸੀ, ਆਰਿਆਂ ਨਾਲ ਚੀਰੇ ਗਏ ਸੀ, ਮੇਰੇ 4 ਡੰਡੇ ਵੱਜੇ ਆ, ਅਤੇ ਕਈਆਂ ਨੇ ਆ 4 ਕਸੱਟਾਂ ਵੱਜੀਆਂ, ਐਂ ਮੀਡੀਆ ਨੂੰ ਗੁੱਟ ਕਰਕੇ ਦਿਖਾਉਂਦੇ ਇੱਦਾਂ, ਅਤੇ ਵੀ ਸਾਨੂੰ ਆ ਜਾਓ ਦੇ ਦਿਓ। ਇਹ ਦੁਕਾਨ ਨਾ ਬਣਾਓ, ਜਿਹੜੇ ਵਿਕਦੇ ਨਹੀਂ ਉਹਨਾਂ ਨੂੰ ਕੌਮਾਂ 'ਤੇ ਚੁੱਕਦੀ ਹੈ, ਜਿਹੜੇ ਵਿਕ ਜਾਂਦੇ ਹੁੰਦੇ ਆ ਉਹਨਾਂ ਦਾ ਹਾਲ ਲੌਂਗੋਵਾਲ ਵਾਲਾ ਹੁੰਦਾ। ਸੋ ਇਸ ਕਰਕੇ ਗੁਰੂ ਕਿਰਪਾ ਕਰੇ ਸੰਗਤ ਜੀ, ਅਰਦਾਸ ਕਰਿਓ, ਮੈਂ ਦਿਲ ਦੀ ਜਿਹੜੀ ਆਪਣੀ ਹੂਕ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਅਤੇ ਅੰਮ੍ਰਿਤ ਵੇਲੇ ਮੈਂ ਇਹ ਗੁਸਤਾਖੀ ਵੀ ਇੱਕ ਕੀਤੀ, ਉਹਦੀ ਮੈਂ ਖਿਮਾ ਮੰਗਦਾ, ਕਿਉਂਕਿ ਮੇਰੇ ਕੋਲ ਹੋਰ ਕੋਈ ਪਲੇਟਫਾਰਮ ਨਹੀਂ ਹੈਗਾ ਤੁਹਾਡੇ ਤੱਕ ਪਹੁੰਚਣ ਨੂੰ, ਮੇਰੇ ਕੋਲ ਇਹੀ ਇੱਕ ਸਾਧਨ ਆ। ਪਰੰਤੂ ਮੈਂ ਬੇਨਤੀ ਕਰਦਾ ਫਿਰ ਦੁਬਾਰਾ ਆਗੂਆਂ ਨੂੰ ਕਿ ਬਾਹਰ ਨਾ ਲਾਓ, ਬਾਹਰ ਨਾ ਬੈਠੋ, ਉੱਥੇ ਆਓ ਦੀਵਾਨ ਹਾਲ ਮੰਜੀ 'ਚ, ਮੰਜੀ ਹਾਲ ਸਾਹਿਬ 'ਚ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਦੀਵਾਨ ਹਾਲ ਮੰਜੀ ਸਾਹਿਬ 'ਚ ਮੋਰਚਾ ਲਾਇਆ ਸੀ, ਚਲੋ ਆਪਾਂ ਨੂੰ ਉੱਧਰ ਨਹੀਂ ਪਹੁੰਚਣ ਦਿੱਤਾ, ਆਪਾਂ ਲਾਗੇ ਰਹੇ, ਅਤੇ ਆਪਾਂ ਤਾਂ ਹੁਣ ਮੋਰਚਾ ਹੀ ਦੂਰ ਨੂੰ ਲੈ ਗਿਆ, ਅਤੇ ਮੋਰਚੇ ਦਾ ਧਰਨਾ ਬਣਾਤਾ। ਇਹ ਗਲਤੀ ਕਿਉਂ ਕਰਦੇ ਹੋ, ਮੋਰਚੇ ਦਾ ਧਰਨਾ ਨਾ ਬਣਾਓ, ਧਰਨਾ ਕੁਕੜੀਆਂ ਲਾਉਂਦੀਆਂ ਹੁੰਦੀਆਂ, ਜਾਨਵਰ ਲਾਉਂਦੇ ਹੁੰਦੇ ਆ ਧਰਨੇ, ਧਰਨਾ ਖਾਲਸਾ ਨਹੀਂ ਲਾਉਂਦਾ, ਖਾਲਸਾ ਮੋਰਚਾ ਲਾਉਂਦਾ, ਸ਼ਾਂਤਮਈ ਮੋਰਚਾ ਲੱਗਿਆ। 16 ਤੋਂ ਬਾਅਦ ਜਿਵੇਂ ਸੰਗਤ ਹੁਕਮ ਕਰੂਗੀ, ਸੰਗਤ ਹੁਕਮ ਕਰੂਗੀ। ਹੁਣ ਮੇਰੀ ਅਰਦਾਸ ਇੱਕ ਵਾਰ ਪੂਰੀ ਹੋ ਚੁੱਕੀ ਆ, ਮੈਂ ਆਪਣਾ ਸਰੀਰ ਨਰੈਣੂ ਦੇ ਵਾਰਸਾਂ ਨੂੰ ਦਿੱਤਾ ਸੀ, ਉਹ ਮੈਨੂੰ ਨਹੀਂ ਮਾਰ ਸਕੇ, ਗੱਲ ਵੱਖ ਵਾ, ਉਹਨਾਂ ਨੇ ਮੇਰੀ ਨਹੀਂ ਜਾਣ ਲਈ, ਅਤੇ ਮੇਰਾ ਕੀ ਕਸੂਰ ਆ। ਪਰੰਤੂ ਹੁਣ ਜੋ ਸੰਗਤ ਕਹੂਗੀ ਉਹ ਹੋਊਗਾ, ਆਗੂਆਂ ਦੇ ਕਹਿਣ 'ਤੇ ਨਹੀਂ ਲੱਗੂੰਗਾ, ਸੰਗਤ ਦੇ ਆਖੇ ਲੱਗੂੰਗਾ, ਸੰਗਤ ਦੇ, ਆਗੂਆਂ ਦੀ ਕੋਈ ਪਰਵਾਹ ਨਹੀਂ ਹੈਗੀ। ਆਗੂਆਂ ਨੂੰ ਮੈਂ ਵੇਖ ਚੁੱਕਿਆ, 5-7 ਸਾਲ ਤੋਂ ਮੈਂ ਵੇਖ ਰਿਹਾ ਆਗੂ ਕਿੰਨੀ ਕੁ ਜੋਗੇ ਹੈਗੇ ਆ, ਆਗੂ ਸਿਰਫ ਅਤੇ ਸਿਰਫ ਫੋਕੀਆਂ ਫੜਾਂ ਮਾਰਨ ਜੋਗੇ ਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।